ਜਿੱਥੇ ਕਿ ਇੱਕ ਪਾਸੇ ਪੂਰੇ ਵਿਸ਼ਵ ਦੇ ਵਿੱਚ ਕਰੋਨਾ ਮਹਾਮਾਰੀ ਕਾਰਨ ਲੋਕ ਤਰਾਹਿਤ ਰਹੀ ਕਰ ਰਹੇ ਹਨ ਅਤੇ ਹਰ ਇੱਕ ਜਗ੍ਹਾ ਤੇ ਕਰੋਨਾ ਸੰਕਰਮਿਤ ਮਰੀਜ਼ ਦੇਖਣ ਨੂੰ ਮਿਲ ਰਹੇ ਹਨ ਪਰ ਉਥੇ ਹੀ ਜ਼ਿਲ੍ਹਾ ਪਠਾਨਕੋਟ ਦਾ ਪਿੰਡ ਸਿੰਬਲੀ ਜਿੱਥੇ ਕਿ ਅਜੇ ਤੱਕ ਇੱਕ ਵੀ ਕਰੋਨਾ ਸੰਕਰਮਿਤ ਮਰੀਜ਼ ਨਹੀਂ ਹੈ ਜਿਸ ਦੇ ਪਿੱਛੇ ਕਾਰਨ ਹੈ ਕਿ ਪਿੰਡ ਦੀ ਮਹਿਲਾ ਸਰਪੰਚ ਅਤੇ ਇਸ ਥਾਨਕ ਲੋਕ ਜਾਗਰੂਕ ਹੋ ਚੁੱਕੇ ਹਨ ਅਤੇ ਉਹਨਾਂ ਵੱਲੋਂ ਆਪਣੇ ਪਿੰਡ ਨੂੰ ਇਸ ਕਰੋਨਾ ਮਹਾਮਾਰੀ ਤੋਂ ਬਚਾਉਣ ਦੇ ਲਈ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਹਨ ਅਤੇ ਪਿੰਡ ਦੇ ਵਿੱਚ ਪਿੰਡ ਦੀ ਸਰਪੰਚ ਵੱਲੋਂ ਹਰ ਹਫਤੇ ਸੈਨੀਟਾਈਜ਼ ਕਰਵਾਇਆ ਜਾਂਦਾ ਹੈ ਪੂਰੇ ਪਿੰਡ ਨੂੰ ਇਸ ਤੋਂ ਇਲਾਵਾ ਜੇਕਰ ਕੋਈ ਪਿੰਡ ਦੇ ਵਿੱਚ ਆ ਰਿਹਾ ਹੈ ਤਾਂ ਉਸ ਦੀ ਪੂਰੀ ਡਿਟੇਲ ਲਈ ਜਾਂਦੀ ਹੈ ਕਿਸ ਦੇ ਘਰ ਜਾਣਾ ਹੈ ਅਤੇ ਕੀ ਕੰਮ ਹੈ ਅਤੇ ਨਾਲ ਹੀ ਨਾਲ ਪਿੰਡ ਦੇ ਬਾਹਰ ਸੈਨੀਟਾਈਜ਼ ਕਰਨ ਵਾਸਤੇ ਮੁੱਖ ਦਵਾਰ ਤੇ ਪਿੰਡ ਦੇ ਲੋਕ ਮੌਜੂਦ ਹਨ ਜੋ ਕਿ ਇਸ ਚੀਜ਼ ਤੇ ਨਿਗਰ ਰੱਖਦੇ ਹਨ ਇਸ ਮੌਕੇ ਤੇ ਪਿੰਡ ਦੇ ਵਿੱਚ ਕੋਈ ਵੀ ਸੰਕਰਮਿਤ ਮਰੀਜ਼ ਨਹੀਂ ਹੈ ਇਸ ਗੱਲ ਦਾ ਪ੍ਰਗਟਾਵਾ ਇਸ ਪਿੰਡ ਦੀ ਸਰਪੰਚ ਨੇ ਕੀਤਾ ਸਰਪੰਚ ਕੁਲਵੰਦਰ ਕੌਰ ਪਿੰਡ ਸਿੰਬਲੀ ਕੀ ਅਕਿਆ ਮੈਂ ਵਿੱਚ ਕੋਈ ਕੋਰੋਨਾ ਦਾ ਕੋਈ ਪੇਸ਼ੈਂਟ ਹੈਗਾ ਤੁਹਾਡੇ ਪਿੰਡ ਚ ਮੇਰੇ ਪਿੰਡ ਵਿੱਚ ਬਾਬੇ ਨਾਨਕ ਦੀ ਕਿਰਪਾ ਨਾਲ ਇਸ ਟਾਈਮ ਤੱਕ ਅਜੇ ਤੱਕ ਕੋਈ ਪੇਸ਼ੈਂਟ ਨਹੀਂ ਹੈਗਾ ਬਿਲਕੁਲ ਮੇਰਾ ਪਿੰਡ ਸੇਫ ਹੈ ਤੇ ਕੇ ਮੈਂ ਹਰ ਹਫਤੇ ਆਪਣੇ ਪਿੰਡ ਵਿੱਚ ਸੈਨੇਟਾਈਜ਼ਰ ਕਰਨ ਦੀ ਆ ਔਰ ਪੂਰਾ ਧਿਆਨ ਰੱਖਣ ਦੇ ਆ ਕਿ ਬਾਹਰੋਂ ਕੋਈ ਸਬਜ਼ੀ ਵਾਲਾ ਆ ਰਹਾ ਵਗੈਰਾ ਬੰਦਾ ਨਾ ਆਵੇ ਤੇ ਕੋਈ ਬਾਹਰ ਜਾਂਦਾ ਵੀ ਆ ਮੇਰੇ ਪਿੰਡ ਵਿੱਚੋਂ ਆਪਾਂ ਉਹਦਾ ਵੀ ਪੂਰਾ ਧਿਆਨ ਰੱਖਣ ਦੇ ਆ ਕੋਈ ਬਾਹਰੋਂ ਨਾ ਆਵੇ